असलामुअलैकुम। उज़्मा पचास कैम की तरफ सब्सक्राइब करो, बेल का बटन लाजम प्रेस करो ताकि आने वाली हर वीडियो टाइम तक पहुँच सके। अच्छा जी, अज वीडियो कुछ इस तरह की है क्योंकि जी अज अबू ने की फरमैश की है उज़्मा सालन बना के दे ते मैं तेनों गोश्त मंगवा के देना देना वहां तो गोश्त का सालन दे बना के। मैं चलो ठीक है। तो अब हम गोश्त शरोज चला लैन दुकान तो ਰੋਜ਼ ਗੋਸ਼ਤ ਲੈ ਕੇ ਆਉਂਦਾ ਚਿਕਨ, ਅਤੇ ਫਿਰ ਮੈਂ ਸਾਲਨ ਬਣਾਉਂਦੀ ਹਾਂ ਔਰ ਦੁਪਹਿਰ ਦਾ ਖਾਣਾ ਤਿਆਰ ਕਰਦੀ ਹਾਂ। ਦੁਪਹਿਰ ਦਾ ਖਾਣਾ ਤਿਆਰ ਕਰਕੇ ਅੱਬੂ ਮੰਮੀ ਨੂੰ ਔਰ ਬੱਚਿਆਂ ਨੂੰ ਖਿਲਾਉਂਦੀ ਹਾਂ ਔਰ ਜੋ ਜੋ ਆਪਣਾ ਮੈਂ ਜੋ ਵੀ ਕੰਮ ਕਰਾਂਗੀ ਉਹ ਆਪਣੇ ਭੈਣ ਭਰਾ ਸ਼ੇਅਰ ਕਰਾਂਗੀ। ਲਾਈਕ ਔਰ ਸ਼ੇਅਰ ਲਾਜ਼ਮ ਕਰਿਓ ਜੀ। ਘਿਓ ਗਰਮ ਹੋ ਗਿਆ ਵਾ ਅਤੇ ਹੁਣ ਮੈਂ ਪਾ ਲਵਾਂ ਵਿੱਚ ਪਿਆਜ਼। ਪਿਆਜ਼ ਪਾ ਲਏ। ਸਭ ਤੋਂ ਪਹਿਲਾਂ ਪਿਆਜ਼ਾਂ ਨੂੰ ਫਰਾਈ ਕਰਦੀ। ਪਿਆਜ਼ ਫਰਾਈ ਹੁੰਦੇ ਆ ਤਾਂ ਫਿਰ ਪਾਵਾਂਗੇ ਲਸਣ ਦਾ ਪੇਸਟ ਜੀ। ਪਿਆਜ਼ ਫਰਾਈ ਹੋ ਗਏ ਆ ਅਤੇ ਹੁਣ ਮੈਂ ਪਾ ਲਵਾਂ ਜੀ ਲਸਣ ਦਾ ਪੇਸਟ। ਲਓ ਜੀ ਲਸਣ ਦਾ ਪੇਸਟ ਵੀ ਪਾ ਲਿਆ ਵਿੱਚ। ਚੰਗੀ ਤਰ੍ਹਾਂ ਕਰਦੀ ਹਾਂ ਮਿਕਸ ਔਰ ਲਸਣ ਦੇ ਪੇਸਟ ਨੂੰ ਚੰਗੀ ਤਰ੍ਹਾਂ ਭੁੱਲ ਲੈਂਦੀ ਹਾਂ ਤਾਂ ਕਿ ਜਿਹੜਾ ਲਸਣ ਦਾ ਕੱਚਾਪਨ ਉਹ ਖਤਮ ਹੋ ਜਾਵੇ। ਕਿਉਂਕਿ ਲਸਣ ਕੱਚਾ ਹੋਵੇ ਨਾ ਤਾਂ ਫਿਰ ਹਾਂਜੀ ਸਾਲਣ 'ਚ ਉਹਨੂੰ ਕੱਚੇ ਲਸਣ ਦਾ ਹਮਕ ਹੁੰਦਾ ਵਾ, ਅਤੇ ਇਸ ਵਾਸਤੇ ਚੰਗੀ ਤਰ੍ਹਾਂ ਭੁੰਨਾਂਗੇ। ਅੱਛਾ ਜੀ, ਲਸਣ ਨੂੰ ਬਰਾਉਨ ਕਰ ਲਿਆ। ਦੇਖੋ ਹੁਣ ਲੱਗੀਆਂ ਟਮਾਟਰ ਮਿਰਚਾਂ ਪਾਉਣ। ਅੱਜ ਮੈਂ ਸਾਲਣ ਨਾ ਛੋਟੀ ਡੋਈ ਨਾਲ ਬਣਾ ਰਹੀ ਹਾਂ ਕਿਉਂਕਿ ਆਹ ਵਾਲੀ ਛੋਟੀ ਡੋਈ ਨਾ ਮੈਂ ਆਂਡੇ ਬਣਾਉਣ ਨੂੰ ਰੱਖੀ ਹੋਈ ਸੀਗੀ, ਇਹ ਮੈਂ ਨਾ ਕੱਲ੍ਹ ਬਰਤਨਾਂ 'ਚੋਂ ਕੱਢਦੀ ਹਾਂ ਅਤੇ ਮੈਂ ਕਿਹਾ ਚਲੋ ਅੱਜ ਨਿੱਕੀ ਡੋਈ ਨਾਲ ਬਣਾਉਂਦੀ ਸਾਲਣ। ਨਾਲੀ ਪਾ ਲਵਾਂ ਚਿਕਨ। ਚਿਕਨ ਜੀ ਬਣਦਾ ਪਿਆ ਅੱਬੂ ਦੀ ਫਰਮਾਇਸ਼ 'ਤੇ, ਕਿਉਂਕਿ ਅੱਬੂ ਨੇ ਕਿਹਾ ਵਾ ਪੁੱਤ ਮੈਨੂੰ ਹੱਥ ਸਾਲਣ ਦੇ ਬਣਾ ਕੇ ਆਪਣੇ ਹੱਥ ਦਾ, ਇਸ ਵਾਸਤੇ ਨਾ ਅੱਬੂ ਵਾਸਤੇ ਦਿਆ ਬਣਨਾ ਸਾਲਣ। ਚੰਗੀ ਤਰ੍ਹਾਂ ਕਰਦੇ ਹਾਂ ਮਿਕਸ। ਅਤੇ ਗੋਸ਼ ਨੂੰ ਚੰਗੀ ਤਰ੍ਹਾਂ ਨਾਲੇ ਫਰਾਈ ਕਰ ਲਏ। ਲੈਗ ਪੀਸ ਆ ਉਹਨੂੰ ਮੈਂ ਨਾ ਟੱਕ ਲਾ ਲਵਾਂ ਅਤੇ ਫਿਰ ਪਾਉਣ ਵਿੱਚ ਲੱਗੀਆਂ ਮੈਂ ਪੋੜੇ ਮਸਾਲੇ ਪਾਉਣ। ਲੈਗ ਪੀਸ ਪਾ ਲਿਆ ਸੀ ਵਿੱਚ, ਮੈਂ ਥੋੜ੍ਹੀ ਜਿਹੀ ਪਾਵਾਂਗੀ ਲਾਲ ਜੋ ਕਿ ਹਰੀ ਮਿਰਚ ਪਾਈ ਹੈ, ਹਲਦੀ, ਗਰਮ ਮਸਾਲਾ, ਕੁੱਟਿਆ ਹੋਇਆ ਧਨੀਆ,
ਨਮਕ ਨਾਲ ਲਾ ਲਵਾਂਗੀ ਪਾਣੀ ਦਾ ਛਿੱਟਾ ਤਾਂ ਕਿ ਮਸਾਲੇ ਥੱਲੇ ਨਾ ਲੱਗੇ। ਅਤੇ ਹੁਣ ਚੰਗੀ ਤਰ੍ਹਾਂ ਕਰਦੀ ਹਾਂ ਬਣਾਈ ਮਸਾਲਿਆਂ ਦੀ ਵੀ ਔਰ ਚਿਕਨ ਦੀ ਵੀ। ਜੀ ਚਿਕਨ ਦੀ ਬਣਾਈ ਚੰਗੀ ਤਰ੍ਹਾਂ ਕਰ ਲਈ ਹੈ ਮੈਂ। ਹੁਣ ਹਲਕਾ ਜਿਹਾ ਲਾਵਾਂਗੀ ਪਾਣੀ ਬਿਲਕੁਲ ਥੋੜ੍ਹਾ ਜਿਹਾ ਬਸ। ਹਲਕਾ ਜਿਹਾ ਪਾਣੀ ਲਾ ਤਾਂ ਪਾਣੀ ਖੁਸ਼ਕ ਹੁੰਦਾ ਵਾ। ਫਿਰ ਇਹਦੀ ਕਰਾਂਗੀ ਬਣਾਈ ਅੱਬੂ ਨੂੰ ਪੁੱਛ ਕੇ ਆਉਂਦੀ ਹਾਂ। ਸੁੱਕਾ ਬਿਲਕੁਲ ਰੱਖਾਂਗੀ ਗਰੇਬੀ ਗਰੇਬੀ ਰੱਖਾਂ ਇਹ ਮੈਂ ਪੁੱਛ ਕੇ ਆਉਂਦੀ ਹਾਂ ਕਿਉਂਕਿ ਮੈਂ ਥੋੜ੍ਹਾ ਜਿਹਾ ਪਾਣੀ ਤਾਂ ਪਾਇਆ ਵਾ ਜਿਹੜੀ ਕਮੀ ਪੇਸ਼ੀ ਨਾ ਉਹ ਗਲ ਜਾਵੇ। ਮੈਂ ਕਹਿੰਦੀ ਅੱਬੂ ਨੂੰ ਪੁੱਛਣ ਦਾ ਫਾਇਦਾ ਹੀ ਨਹੀਂ ਹੈਗਾ ਗਰੇਬੀ ਰੱਖ ਲਾ ਸਾਰੇ ਖਾਣਗੇ। ਆ ਲਓ ਅੱਬੂ ਨੂੰ ਉਦੋਂ ਪਤਾ ਲੱਗੇ ਜਦੋਂ ਅੱਬੂ ਦੇ ਅੱਗੇ ਪੱਕ ਕੇ ਜਾਵੇ ਬਸ। ਲਓ ਜੀ ਮੈਂ ਇਹਨੂੰ 10-15 ਮਿੰਟ ਵਾਸਤੇ ਪਕਾਉਂਦੀ ਹਾਂ ਪੱਕਦਾ ਵਾ ਅਤੇ ਫਿਰ ਇਹਨੂੰ ਨੀਚੇ ਲਾਉਂਦੀ ਹਾਂ ਲਾ ਕੇ ਅਤੇ ਰੋਟੀਆਂ ਉੱਧਰ ਪੱਕਦੀਆਂ ਪਈਆਂ ਵਾ। ਭਾਬੀ ਮਰੀਆਂ ਪਕਾ ਰਹੀ ਹੈ ਰੋਟੀ ਅੰਮੀ ਅੱਬੂ ਵਾਸਤੇ ਅਤੇ ਹੁਣ ਦਾਦਾ ਸਾਨੂੰ ਤਿਆਰ ਹੋਵੇ ਅਤੇ ਅੰਮੀ ਦਾ ਅੱਬੂ ਰੋਟੀ ਦਾ। ਭਿੰਡੀਆਂ ਤੋੜ ਕੇ ਲਿਆਈਆਂ ਜੀ ਬਾਹਰੋਂ ਆ ਦੇਖੋ ਮਾਸ਼ਾਅੱਲਾ ਭਿੰਡੀਆਂ ਤੋੜ ਕੇ ਲਿਆਉਂਦੀਆਂ ਕੁਛ ਸਾਲਾਂ ਗੋਸ਼ਤ ਦਾ ਪਿਆ ਥੋੜ੍ਹਾ ਜਿਹਾ ਅਤੇ ਬੱਚਿਆਂ ਨੂੰ ਮੈਂ ਤਾਂ ਸ਼ੁਰੂ ਦੇ ਪਾਪਾ ਹੁਣ ਤਾਂ ਗੋਸ਼ਤ ਦੇ ਸਾਲ ਨਾਲ ਖਾ ਲੈਣੀਆਂ ਅਤੇ ਬੱਚਿਆਂ ਨੇ ਕਿਉਂਕਿ ਜੀ ਕਹਿੰਦੇ ਉਸ 'ਤੇ ਖਾਣੀਆਂ ਭਿੰਡੀਆਂ ਫਿਰ ਮੈਂ ਬਾਹਰੋਂ ਮੈਂ ਤਾਂ ਸ਼ੁਰੂ ਦੇ ਪਾਪਾ ਹੁਣ ਭਿੰਡੀਆਂ ਤੋੜੀਆਂ ਦੋਨਾਂ ਨੇ ਦੇਖੋ ਮਾਸ਼ਾਅੱਲਾ ਇਹ ਹੁਣ ਧੋ ਕੇ ਰੱਖੀਆਂ ਵਾ ਅਤੇ ਇਹਨਾਂ 'ਚ ਪਾਣੀ ਖੁਸ਼ਕ ਹੁੰਦਾ ਫਿਰ ਕੱਟਦੀਆਂ ਅਤੇ ਸਭ ਤੋਂ ਪਹਿਲਾਂ ਲੱਗੀਆਂ ਮੈਂ ਪਿਆਜ਼ ਕੱਟਣ ਆ ਦੇਖੋ ਪਿਆਜ਼ ਲਿਆਉਂਦੇ ਪਿਆਜ਼ ਲੱਗੀਆਂ ਕੱਟਣ ਕਿਉਂਕਿ ਸ਼ਰੋਜ ਗਿਆ ਟਮਾਟਰ ਲੈਣ ਦੁਕਾਨ 'ਤੇ ਮੈਂ ਕਿਹਾ ਪੁੱਤੂ ਟਮਾਟਰ ਲਾਇਆ ਅਤੇ ਮੈਂ ਦਾਦਾ ਸਬਜ਼ੀ ਬਣਾ ਲਵਾਂ ਅਤੇ ਹੁਣ ਪਿਆਜ਼ ਕੱਟਦੀ ਹਾਂ ਪਿਆਜ਼ ਕੱਟ ਕੇ ਅਤੇ ਭਿੰਡੀਆਂ ਕੱਟਦੀ ਆ ਜਾਓ ਚਲਾ ਚਲਾ ਤੋਂ ਕੁਛ ਨਹੀਂ ਹੁੰਦਾ ਭੋਲਾ ਹਵਾ ਤਾਂ ਆਵੇ ਸੋਚ ਸੁੱਟੂਗੇ ਫਿਰ ਪਾਣੀ ਉਹ ਸ਼ਰੋਜ ਨੂੰ ਆ ਲੈਂਦਾ ਦੁਕਾਨ ਤੋਂ ਫਿਰ ਪਾਉਂਦੇ ਪਾਣੀ ਪੈਪ ਲੈ ਉਸ ਉੱਤੇ ਪਾਣੀ ਪਾ ਲੈਣ ਥੋੜ੍ਹਾ ਜਿਹਾ ਸ਼ੈਂਪੂ ਪਾ ਦਿਓ ਵਿੱਚ ਅੱਛਾ ਅੱਛਾ ਹਾਂਜੀ ਅੱਛਾ ਜੀ ਭਿੰਡੀਆਂ ਫਰਾਈ ਹੋ ਗਈਆਂ ਅਤੇ ਭਿੰਡੀਆਂ ਲੱਗੀਆਂ ਜੇ ਮੈਂ ਬਾਹਰ ਕੱਢਣ ਹੁਣ ਭਿੰਡੀਆਂ ਕਰ ਲਈਆਂ
ਹੁਣ ਪਿਆਜ਼ ਪਾਤੇ ਆ ਅਤੇ ਪਿਆਜ਼ਾਂ ਨੂੰ ਫਰਾਈ ਕਰਦੀ ਹਾਂ। ਹੁਣ ਲੱਗੀਆਂ ਟਮਾਟਰ ਔਰ ਮਿਰਚਾਂ ਪਾਉਣ, ਟਮਾਟਰ ਮਿਰਚਾਂ ਪਾ ਦਿੱਤੀਆਂ ਵਿੱਚ, ਅਤੇ ਹੁਣ ਜੀ ਨਾਲ ਹੀ ਪਾ ਲਵਾਂ ਪੂਰਨ ਮਸਾਲੇ। ਲਾਲ ਮਿਰਚ, ਹਾਂਜੀ ਹਲਦੀ, ਗਰਮ ਮਸਾਲਾ, ਕੁੱਟਿਆ ਧਨੀਆ ਔਰ ਨਮਕ, ਅਤੇ ਪੂੜਨ ਮਸਾਲੇ ਦੀ ਭੁਨਾਈ ਕਰਦੀ ਹਾਂ। ਪੂੜਨ ਮਸਾਲੇ ਭੁਨਾਈ ਕਰਕੇ ਅਤੇ ਫਿਰ ਮੈਂ ਪਾਵਾਂਗੀ ਭਿੰਡੀਆਂ ਵਿੱਚ।